ਸੋ ਮੇਰੇ ਨਾਲ ਇਸ ਵੇਲੇ ਭਾਈ ਲਵਛਿੰਦਰ ਸਿੰਘ ਜੀ ਜੱਲੇਵਾਲ ਬਣੇ ਨੇ। ਭਾਈ ਲਵਛਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? 37 ਸਾਲ ਹੋ ਗਏ ਨੇ, ਅਸੀਂ ਉਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਔਰ ਇਹ ਅੱਜ ਰੋਸ ਮਾਰ ਕੇ ਅਰਦਾਸ ਹੋ ਕੇ ਜਿਹੜਾ ਉਹ ਚੱਲਿਆ ਹੈ। ਬਿਲਕੁਲ ਭਾਈ ਗੁਰਦਾਸ ਸਿੰਘ ਜੀ, 37 ਸਾਲ ਹੋ ਗਏ, ਜਿੰਨਾ ਮਰਜ਼ੀ ਟਾਈਮ ਹੋ ਜਾਵੇ, ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਜ਼ਖਮ ਸਿੱਖ ਕੌਮ ਦੀ ਮਾਨਸਿਕਤਾ ਦੇ ਉਸੇ ਤਰ੍ਹਾਂ ਹੀ ਹਨ ਜਿਵੇਂ 37 ਸਾਲ ਪਹਿਲਾਂ ਸੀ ਔਰ ਇਸੇ ਤਰ੍ਹਾਂ ਹੀ ਰਹਿਣੇ ਆ, ਕਿਉਂਕਿ ਉਹਨਾਂ ਮਹਾਨ ਯੋਧਿਆਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਭੇਕ ਸਿੰਘ ਜੀ ਅਤੇ ਬੀਬੀ ਉਪਕਾਰ ਕੌਰ ਜੀ, ਭਾਈ ਜਗਿੰਦਰ ਸਿੰਘ ਜੀ, ਭਾਈ ਰਾਮ ਸਿੰਘ ਜੀ ਜਥੇਦਾਰ, ਭਾਈ ਮਹਿੰਗਾ ਸਿੰਘ ਵਰਗੇ ਯੋਧਿਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਕਰਦਿਆਂ ਆਖਰੀ ਦਮ ਤੱਕ ਉਹਨਾਂ ਦੇ ਨਾਲ ਜੂਝਦਿਆਂ ਸ਼ਹਾਦਤ ਦਿੱਤੀ ਆ ਔਰ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਲਸਾਨੀ ਸ਼ਹਾਦਤ ਦੇ ਨਾਲ ਖਾਲਿਸਤਾਨ ਦਾ ਨਿਸ਼ਾਨਾ ਪ੍ਰਾਪਤ ਹੋਇਆ, ਉਸ ਨਿਸ਼ਾਨੇ ਪ੍ਰਤੀ ਯਤਨਸ਼ੀਲ ਹੋਣ ਦੀ ਲੋੜ ਆ। ਸੋ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜਿਹੜੀ ਭਾਰਤ ਸਰਕਾਰ ਆ ਉਹ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸਿੱਖਾਂ 'ਤੇ ਜ਼ੁਲਮ ਕਰ ਰਹੀ ਆ। ਇੰਗਲੈਂਡ ਦੀ ਧਰਤੀ ਤੋਂ ਇੰਗਲੈਂਡ ਦਾ ਜੰਮਪਲ ਭਾਈ ਜਗਤਾਰ ਸਿੰਘ ਜੱਗੀ ਚੌੜ ਵਿਆਹ ਕਰਾਉਣ ਲਈ ਇੰਗਲੈਂਡ ਪੰਜਾਬ ਗਿਆ ਤਾਂ ਉਸ 'ਤੇ 10 ਕੇਸ ਰਜਿਸਟਰ ਕੀਤੇ ਗਏ ਔਰ ਕਰੀਬ 4 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ। ਸੋ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਸਿੰਘ ਸਾਹਿਬ ਹੋਰ ਜਿਹਾ ਵੱਡਾ ਕਰਨ ਲੱਗਾ ਹੋਇਆ ਅਤੇ ਉਹਨਾਂ 3 ਸਿੱਖਾਂ ਦੇ ਸੰਬੰਧ ਵਿੱਚ ਆ ਜਿਨ੍ਹਾਂ ਨੂੰ ਭਾਰਤ ਸਰਕਾਰ ਇੱਥੋਂ ਐਕਸਟਰਾਡਾਈਟ ਕਰਾ ਕੇ ਪੰਜਾਬ ਭਾਰਤ ਵਿੱਚ ਲਿਆਉਣਾ ਚਾਹੁੰਦੀ ਆ ਤਾਂ ਕਿ ਇਹਨਾਂ 'ਤੇ ਕੇਸ ਚਲਾਏ ਜਾਣ। ਜੱਲੇਵਾਲ ਸਾਹਿਬ, ਸੰਤ ਜਰਨੈਲ ਸਿੰਘ ਨੇ ਆਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ ਧਰਮ ਯੁੱਧ ਮੋਰਚੇ 'ਚ ਤਬਦੀਲ ਹੁੰਦਾ ਪਰ ਪੰਜਾਬ ਦੇ ਲੋਕਾਂ ਨੇ ਗੱਲਾਂ ਸੁਣੀਆਂ ਨੇ, ਅੱਜ ਪੂਰਾ ਭਾਰਤ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ 'ਤੇ ਬੈਠਾ, ਜੇ ਆਨੰਦਪੁਰ ਸਾਹਿਬ ਦਾ ਮਤਾ ਮੰਨ ਲੈਂਦੇ ਅੱਜ ਹਾਲਾਤ ਇਹੋ ਜਿਹੇ ਹੁੰਦੇ ਕਿ ਨਹੀਂ ਹੁੰਦੇ? ਬਿਲਕੁਲ, ਜੇ ਮੰਨ ਲੈਂਦੇ ਤੇ ਜੋ ਜਿਹੜੀ ਚੀਜ਼ ਅੱਜ ਮੰਗਦੇ ਆ ਇਹ ਇਹੀ ਗੱਲ ਉਹਨਾਂ ਨੂੰ ਜਿਹੜੇ ਹੱਕ ਕਿਸਾਨੀ ਦੇ ਹੱਕ 'ਚ ਮੰਗਦੇ ਆ ਇਹ ਕਿਸਾਨਾਂ ਦੇ ਹੱਕ ਉਹਨਾਂ ਨੂੰ 37 ਸਾਲ ਪਹਿਲਾਂ ਮਿਲ ਜਾਣੇ ਸੀ ਪਰ ਉਹਨਾਂ ਨੇ ਉਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਇਸ ਮਸਲੇ 'ਤੇ ਸਾਥ ਉਹਨਾਂ ਨਹੀਂ ਦਿੱਤਾ ਜਿੰਨਾ ਦੇਣਾ ਚਾਹੀਦਾ ਸੀ। ਕੇਵਲ ਸਿੱਖ ਨੌਜਵਾਨਾਂ ਨੇ ਡਟ ਕੇ ਸਾਥ ਦਿੱਤਾ ਔਰ ਸ਼ਹਾਦਤਾਂ ਦਿੱਤੀਆਂ, ਖਾਲਸਾ ਦੇ ਸੰਘਰਸ਼ ਲੜਦੇ ਆ, ਸੰਘਰਸ਼ ਅੱਜ ਵੀ ਜਾਰੀ ਆ ਅਤੇ ਜਾਰੀ ਹੀ ਰਹਿਣਾ।